ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਰਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਦੋਸਤੋ, ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਸਿੱਖਾਂ ਪ੍ਰਤੀ ਵੱਖੋ ਵੱਖ ਫੈਸਲੇ ਲਏ ਜਾ ਰਹੇ ਨੇ। ਇੱਕ ਤਾਂ ਕਾਲੀ ਸੂਚੀ ਦੇ ਵਿੱਚੋਂ ਨਾ ਕੱਢਿਆ ਗਿਆ ਅਤੇ ਨਾਲ ਦੀ ਨਾਲ ਕੁਝ ਨੌ ਸਿੱਖਾਂ ਦੇ ਪ੍ਰਤੀ ਵੀ ਜਿਹੜਾ ਫੈਸਲਾ ਲੈ ਲਿਆ ਹੈ, ਜਿਹੜੇ ਵੱਖੋ ਵੱਖ ਜੇਲ੍ਹਾਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸਜ਼ਾਵਾਂ ਭੁਗਤ ਰਹੇ ਨੇ, ਉਹਨਾਂ ਨੂੰ ਰਿਆਇਤ ਦੇਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਜਿੱਥੇ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋਇਆ, ਵੱਖੋ ਵੱਖ ਬਿਆਨ ਪੰਜਾਬ ਕਾਂਗਰਸ ਦੇ ਸਾਹਮਣੇ ਆਏ ਨੇ। ਇੱਕ ਪਾਸੇ ਤਾਂ ਇਸ ਦਾ ਵਿਰੋਧ ਕਾਂਗਰਸ ਦੇ ਵੱਲੋਂ ਕੀਤਾ ਗਿਆ ਅਤੇ ਉੱਧਰ ਨਾਲ ਦੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਹਮਾਇਤ ਵੀ ਕੀਤੀ ਹੈ ਅਤੇ ਨਾਲ ਦੀ ਨਾਲ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਇਸ ਫੈਸਲੇ ਦੀ ਹਮਾਇਤ ਦੇ ਵਿੱਚ ਉਤਰ ਆਈਆਂ ਨੇ। ਪਰ ਲਗਾਤਾਰ ਸਵਾਲ ਇਹ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਉਠਾਏ ਜਾ ਰਹੇ ਨੇ ਕਿ ਇਹ ਫੈਸਲਾ ਕਿਵੇਂ ਦਾ ਹੈ, ਕੀ ਕੇਂਦਰ ਸਰਕਾਰ ਜਾਂ ਫਿਰ BJP ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ, ਜਾਂ ਫਿਰ ਜਿਵੇਂ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖ ਵੋਟ ਬੈਂਕ ਇਕੱਠਾ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਇਹ ਫੈਸਲਾ ਲਿਆ ਗਿਆ। ਹਾਲਾਂਕਿ ਵੱਖੋ ਵੱਖ ਲੋਕਾਂ ਦੇ ਪ੍ਰਤੀਕਰਮ ਸਾਹਮਣੇ ਆਏ ਨੇ ਅਤੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਦਾ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਸਿੱਖਾਂ ਦੇ ਪ੍ਰਤੀ, ਉਹ ਕਿਵੇਂ ਦਾ ਫੈਸਲਾ ਹੈ, ਇਸ ਫੈਸਲੇ ਨੂੰ ਕਿਵੇਂ ਦੇਖਦੇ ਨੇ ਅਤੇ ਕਿਸ ਤਰ੍ਹਾਂ ਦੇ ਫੈਸਲੇ ਅੱਗੋਂ ਵੀ ਲੈਣੇ ਚਾਹੀਦੇ ਨੇ। ਕੁਝ ਲੋਕ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਲਖਵੀਰ ਸਿੰਘ। ਅੱਛਾ ਲਖਵੀਰ, ਜਿਵੇਂ ਫੈਸਲਾ ਲਿਆ ਹੈ ਕੇਂਦਰ ਸਰਕਾਰ ਦੇ ਵੱਲੋਂ, ਪਹਿਲਾਂ ਤਾਂ ਸਿੱਖਾਂ ਦੇ ਪ੍ਰਤੀ ਵੱਖੋ ਵੱਖ ਫੈਸਲੇ ਜਿਹੜੇ ਜਾਰੀ ਕੀਤੇ ਜਾਂਦੇ ਨੇ, ਫੈਸਲਿਆਂ ਨੂੰ ਕਿਵੇਂ ਦੇਖਦੇ ਹੋ ਸਿੱਖ ਭਾਵਨਾਵਾਂ ਦੇ ਤੌਰ 'ਤੇ? ਸਿੱਖ ਭਾਵਨਾਵਾਂ ਦੇ ਤੌਰ 'ਤੇ ਤਾਂ ਭਾਅ ਜੀ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਅਤੇ ਕੇਂਦਰ ਸਰਕਾਰ ਦਾ ਕੁਛ ਵੋਟ ਬੈਂਕ ਕਰਕੇ ਵੀ ਇਹ ਕੰਮ ਕਰ ਰਹੀ ਹੈ ਅਤੇ ਕਾਂਗਰਸ ਜੋ ਇਤਰਾਜ਼ ਕਰ ਰਹੇ ਆ ਉਹਨਾਂ ਦੀ ਦੇਖੋ ਮਿਲੀ ਭੁਗਤ ਹੈ ਕਿਆ ਜੀ। ਅੱਛਾ, ਜਿਵੇਂ ਇਸ ਤੋਂ ਪਹਿਲਾਂ ਜਿਵੇਂ ਭਾਜਪਾ ਦੀ ਗੱਲ ਕੀਤੀ ਜਾਵੇ, ਭਾਜਪਾ ਦੇ ਉੱਤੇ ਵੱਖੋ ਵੱਖ ਜਿਹੜੇ ਇਲਜ਼ਾਮ ਵੀ ਲੱਗਦੇ ਰਹੇ ਨੇ, ਖਾਸ ਕਰ ਸਿੱਖਾਂ ਦੇ ਵੱਲੋਂ ਲਗਾਏ ਜਾਂਦੇ ਰਹੇ ਨੇ, ਕਾਂਗਰਸ ਦੇ ਉੱਤੇ ਵੀ ਲਗਾਏ ਜਾਂਦੇ ਰਹੇ ਨੇ, ਕਿਉਂਕਿ ਜਿਹੜੇ ਸਿੱਖ ਬੰਦ ਨੇ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ, ਇਸ ਕਰਕੇ ਕਾਂਗਰਸ ਦੀ ਦੇ ਉੱਤੇ ਇੱਕ ਵੱਡਾ ਜਿਹੜਾ ਧੱਬਾ ਵੀ ਲੱਗਿਆ ਹੋਇਆ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਫੈਸਲਾ ਸਿੱਖ ਵੋਟ ਬੈਂਕ ਨੂੰ ਇਕੱਠਾ ਕਰਨ ਤਾਂ ਹੈਗਾ ਹੀ ਹੈ, ਨਾਲ ਦੀ ਨਾਲ ਪੰਜਾਬ ਦੇ ਵਿੱਚ ਜਿਹੜੀ ਆਪਣੀ ਜੜ ਹੈ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ? ਹਾਂਜੀ, ਇਹ ਤਾਂ ਹੈ ਹੀ, ਆਪਣੀ ਜੜ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਕਿਵੇਂ ਸਵਾਗਤ ਕਰਦੇ ਹੋ ਫੈਸਲੇ ਦਾ? ਹਾਂਜੀ ਹਾਂ। ਅੱਛਾ, ਜਿਵੇਂ ਇਸ ਤੋਂ ਪਹਿਲਾਂ ਵੱਖ ਵੱਖ ਮੰਗਾਂ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਉਠਾਈਆਂ ਜਾਂਦੀਆਂ ਰਹੀਆਂ ਨੇ ਕਿ ਜਿਹੜੇ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ, ਕਾਫੀ ਲੰਬੇ ਸਮੇਂ ਤੋਂ ਵਿਵਾਦ ਉੱਠਿਆ ਹੈ। ਕਾਂਗਰਸ ਦੀ ਸਰਕਾਰ ਵੀ ਰਹੀ ਹੈ ਕੇਂਦਰ ਦੇ ਵਿੱਚ ਅਤੇ ਭਾਜਪਾ ਦੀ ਵੀ ਰਹੀ ਹੈ, ਹੁਣ ਭਾਜਪਾ ਦੇ ਵੱਲੋਂ ਫੈਸਲਾ ਲਿਆ ਗਿਆ, ਦੋਵੇਂ ਪਾਰਟੀਆਂ ਨੂੰ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਤੋਂ ਬਾਅਦ? ਕਾਂਗਰਸ ਤਾਂ ਪਹਿਲੇ ਵੀ ਕਹਿ ਰਹੀ ਸੀ ਵੀ ਨਹੀਂ, ਕਾਂਗਰਸ ਨੂੰ ਤਾਂ ਲੋਕ ਕਹਿ ਰਹੇ ਸੀ ਵੀ ਇਹਨਾਂ ਨੂੰ ਰਿਹਾਅ ਕਰੋ, ਪਰ ਕਾਂਗਰਸ ਦੇ ਟਾਈਮ 'ਚ ਹੋਇਆ ਨਹੀਂ ਇਹ ਕੁਛ ਅਤੇ ਹੁਣ ਭਾਜਪਾ ਦੇ ਟਾਈਮ 'ਚ ਹੋ ਰਿਹਾ। ਕਾਰਨ ਕੀ ਮੰਨਦੇ ਹੋ ਕਿ ਉਸ ਸਮੇਂ ਕਿਉਂ ਨਹੀਂ ਫੈਸਲਾ ਲਿਆ ਗਿਆ ਇਸ ਤਰ੍ਹਾਂ ਦਾ? ਕਾਰਨ ਤਾਂ ਸਿਰਫ ਸਿਆਸਤ ਕਰਕੇ, ਸਿਰਫ ਤੋਂ ਸਿਰਫ ਵੋਟ ਨਜ਼ਰੀਆ ਹੀ ਹੈਗਾ, ਵੋਟ ਨਜ਼ਰੀਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਸਿੰਘ ਹੈ ਜੀ। ਅੱਛਾ ਬਲਵਿੰਦਰ ਜੀ, ਫੈਸਲਾ ਲਿਆ ਗਿਆ ਹੈ, ਕਿਵੇਂ ਦਾ ਫੈਸਲਾ, ਸਵਾਗਤ ਕਰਦੇ ਹੋ? ਨਹੀਂ, ਗਲਤ ਹੈ ਜੀ ਫੈਸਲਾ ਜੀ, ਇਹ ਤਾਂ ਸਰਦਾਰਾਂ ਬਾਰੇ ਹਰ ਵਾਰੀ ਸਰਦਾਰਾਂ ਨਾਲ ਗਲਤ ਹੁੰਦਾ ਜੀ, ਗਲਤ ਕਦੋਂ ਨਹੀਂ ਹੁੰਦਾ, ਜਿੰਨੀ ਵਾਰ ਵੀ ਸਰਦਾਰਾਂ ਨਾਲ ਗਲਤ ਹੋਇਆ ਜੀ, ਸਰਦਾਰਾਂ ਨਾਲ ਮੈਨੂੰ ਦੱਸੋ ਕਿੱਥੇ ਠੀਕ ਹੋਇਆ, ਵਾਰ ਜਗਤਾਰ ਸਿੰਘ ਬਾਰੇ ਦੀ ਸਜ਼ਾ ਕਿੰਨੀ ਦੇਰ ਹੋ ਗਈ ਪੂਰੀ ਹੋਈ ਨੂੰ, ਅੱਜ ਤੱਕ ਉਹ ਨਹੀਂ ਬਾਹਰ ਨਿਕਲਿਆ, ਹੋਰ ਦੱਸੋ ਕੀ ਕਰੂੰਗੇ? ਤੁਹਾਨੂੰ ਲੱਗਦਾ ਕਿ ਫੈਸਲਾ ਲਿਆ ਗਿਆ ਪਰ ਜਿਹੜੇ ਬੰਦੀ ਸਿੰਘ ਹੈਗੇ ਨੇ ਅੰਦਰ ਉਹਨਾਂ ਨੂੰ ਇਹਦਾ ਫਾਇਦਾ ਨਹੀਂ ਪੁੱਜੇਗਾ? ਨਹੀਂ ਪੁੱਜਣਾ ਜੀ ਫਾਇਦਾ, ਜਦੋਂ ਸਰਕਾਰਾਂ ਜੀ ਇੱਦਾਂ ਦੀਆਂ ਫਾਇਦਾ ਕਿੱਥੇ ਪੁੱਜੂਗਾ? ਕਾਰਨ ਕਿਉਂ, ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਫਾਇਦਾ ਪੁੱਜੇਗਾ? ਨਹੀਂ ਫਾਇਦਾ, ਹੁਣ ਜਦੋਂ ਪੋਲਿਟਿਕਸ ਇਸ ਤਰ੍ਹਾਂ ਹੀ ਚੱਲ ਰਹੀ ਹੈ ਜੀ, ਹੁਣ ਦੇਖੋ ਐਦੀ ਵੀ ਸਜ਼ਾ ਪੂਰੀ ਹੋਈ ਜਗਤਾਰ ਸਿੰਘ ਅਵਾਰਾ ਦੀ, ਜਿਹੜੇ ਨੌ ਉਹਨਾਂ ਦੀ ਮਤਲਬ ਇੱਦਾਂ ਦਾ ਹੋ ਗਿਆ ਕੰਮ, ਜੇ ਉਹ ਮਤਲਬ ਉਹਨੂੰ ਬਾਹਰ ਕੱਢਦੇ ਆ ਤਾਂ ਸਾਰੇ ਸਿੱਖ ਵੀ ਖੁਸ਼ ਆ ਜੀ, ਇਹ ਤਾਂ ਆਪਣਾ ਵੋਟ ਬੈਂਕ ਨਾਲ ਹੀ ਕੰਮ ਕਰਦੇ ਸਾਰਾ ਕੁਛ। ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਭਾਜਪਾ ਪੰਜਾਬ ਦੇ ਵਿੱਚ ਜਾਂ ਫਿਰ ਹਰਿਆਣਾ ਦੇ ਵਿੱਚ ਜਿਵੇਂ ਇਲੈਕਸ਼ਨ ਹੋ ਰਹੇ ਨੇ ਉਹਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ? ਭਾਅ ਜੀ, ਭਾਜਪਾ ਤਾਂ ਸਰਦਾਰਾਂ ਲਈ ਕੁਛ ਵੀ ਨਹੀਂ ਕਰ ਸਕਦੀ, ਨਾ ਉਹਨਾਂ ਕਰਨਾ ਭਾਜਪਾ ਨਾਲ ਕੁਛ ਵੀ ਨਹੀਂ ਕਰ ਸਕਦੀ, ਭਾਜਪਾ ਸਰਦਾਰਾਂ ਦਾ ਪਹਿਲੀ ਵਰਖਲਾਫ ਹੈ ਜੀ, ਥੋੜ੍ਹ ਤੁਹਾਨੂੰ ਪਤਾ, ਥੋੜ੍ਹ ਰੋਜ਼ ਕੰਮ ਹੋ ਰਹੀ ਹੈ, ਕਦੇ ਕਿਤੇ ਸਰਦਾਰ ਕਿਤੇ ਮਤਲਬ ਦਿੱਲੀ ਵਿੱਚ ਦੇਖੋ ਕਿਆ ਹੋਇਆ, ਦਿੱਲੀ ਵਿੱਚ ਵੀ ਸਰਦਾਰ ਕੁੱਟਿਆ ਉੱਥੇ ਜੀ, ਥੋੜ੍ਹ ਮਤਲਬ ਸਰਦਾਰਾਂ ਨਾਲ ਗਲਤ ਹੋ ਰਿਹਾ ਜੀ ਕੰਮ। ਕਾਰਨ ਕੀ ਮੰਨਦੇ ਹੋ ਕਿ ਕਿਉਂ ਇਸ ਤਰ੍ਹਾਂ ਹੋ ਕਿਉਂ ਰਿਹਾ ਇਸ ਤਰ੍ਹਾਂ? ਸਾਰੀ ਪੋਲਿਟਿਕਸ ਆ ਜੀ, ਸਾਰੀ ਪੋਲਿਟਿਕਸ ਆ ਜੀ, ਇਹ ਜਿੱਥੇ ਮਤਲਬ ਉਹਨੂੰ ਪਤਾ ਵੀ ਸਾਨੂੰ ਵੋਟ ਨਹੀਂ ਮਿਲੀ ਉੱਥੇ ਇਹ ਪੰਗੇ ਕਰਾ ਰਹੇ ਆ, ਇਹ ਸਰਿਆਮ ਹੀ ਦਿਖ ਰਿਹਾ ਸਭ ਨੂੰ ਜੀ। ਜਿਵੇਂ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਗੱਠਜੋੜ ਚੱਲ ਰਿਹਾ ਸੀ, ਹੁਣ ਵਿਵਾਦ ਵੀ ਇੱਕ ਵਾਰੀ ਉੱਠਿਆ ਹੈ,
ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਥਿਤੀ ਇਸ ਫੈਸਲੇ ਦੇ ਨਾਲ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਕਿਤੇ ਨਾ ਕਿਤੇ ਭਾਜਪਾ ਦੇ ਵੱਲ ਝੁਕਾ ਕਰਨਗੇ ਜਾਂ ਫਿਰ ਕਿਤੇ ਨਾ ਕਿਤੇ ਵੋਟ ਬੈਂਕ ਭਾਜਪਾ ਦਾ ਵਧੇਗਾ ਇਸ ਫੈਸਲੇ ਦੇ ਨਾਲ? ਭਾਅ ਜੀ, ਜਿਹੜੇ ਅਕਾਲੀ ਦਲ ਤਾਂ ਇਹਨੂੰ ਬੀਜੇਪੀ ਨੂੰ ਲੈ ਕੇ ਆਏ ਆ, ਅਕਾਲੀ ਦਲ ਕਰਕੇ ਇੱਥੇ ਗੰਦ ਪਿਆ ਸਾਰਾ ਜੀ। ਜੇ ਮਤਲਬ ਬੀਜੇਪੀ ਨਾ ਲੈ ਕੇ ਆਉਂਦੇ ਤਾਂ ਇਹ ਕੰਮ ਹੋਣਾ ਹੀ ਨਹੀਂ ਤਾਂ ਹੈਗਾ, ਇਹ ਆਪ ਹੀ ਬਦਨਾਮ ਹੋ ਗਏ ਜਮਾਂ ਹੀ। ਹੁਣ ਤੁਸੀਂ ਦੇਖੋ ਇਹ ਚਿੱਟੇ ਵਿੱਚ ਕਿੰਨੇ ਫਸੇ ਆ, ਇਹ ਕੋਈ ਕੁਛ ਹੋਇਆ? ਇਹ ਮਜੀਠੀ ਦਾ ਨਾਂ ਸਭ ਤੋਂ ਉੱਪਰ ਆਇਆ ਚੀਜ਼ ਵਿੱਚ, ਹੋਇਆ ਮਜੀਠੀ ਦਾ ਕੁਛ? ਅਤੇ ਬੇਅਦਬੀ ਵਿੱਚ ਦੇਖੋ ਤੁਸੀਂ, ਹੁਣ ਬੇਅਦਬੀ ਵਿੱਚ ਮਤਲਬ ਇੱਥੇ ਬਗਰਾੜੀ ਵਿੱਚ ਦੇਖ ਲਓ ਤੁਸੀਂ ਕਿਆ ਹੋਇਆ, ਇਹ ਕਿਤੇ ਕੋਈ ਹੋਇਆ ਕੁਛ? ਇਹ ਸਾਰੀ ਮਿਲੀ ਭੁਗਤਾ ਕੈਪਟਨ ਇਹਨਾਂ ਦਾ, ਉਹ ਉਹਨਾਂ ਦੇ ਆ। ਜਿਵੇਂ ਗੱਲ ਕੀਤੀ ਜਾਵੇ, ਹਾਲਾਂਕਿ ਸਰਕਾਰ ਜਾਂ ਫਿਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ, ਤੁਹਾਨੂੰ ਲੱਗਦਾ ਕਿ ਇਸ ਜਿਵੇਂ ਕਾਲੀ ਸੂਚੀ 'ਚੋਂ ਨਾਂ ਕੱਢੇ ਗਏ 8 ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉੱਠੀ ਹੈ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਫੈਸਲਾ ਜਿਹੜਾ ਉਹ ਜਾਂ ਫਿਰ ਇਸ ਫੈਸਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਹੈ ਉਸਦਾ ਕੋਈ ਨਾ ਕੋਈ ਰੋਲ ਹੈਗਾ ਤੁਹਾਨੂੰ ਲੱਗਦਾ? ਰੋਲ ਤਾਂ ਇਹੀ ਹੈ ਜੀ, ਇਹਦਾ ਵੋਟ ਬੈਂਕ ਦਾ ਹੀ ਉਦੋਂ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਕੀ ਨਾਮ ਹੈ ਤੁਹਾਡਾ? ਰਾਜਦੀਪ ਸਿੰਘ ਜੀ। ਲੈ ਕੇ ਵੀ ਜਿਹੜੇ ਸਵਾਲ ਉੱਠ ਰਹੇ ਨੇ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਫੈਸਲਾ ਕੁਝ ਸਿੱਖ ਜਥੇਬੰਦੀਆਂ ਸਵਾਗਤ ਕਰ ਰਹੀਆਂ ਨੇ, ਤੁਸੀਂ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ? ਹਾਂਜੀ, ਦੇਖੋ ਆਉਣ ਵਾਲੇ ਸਮੇਂ ਦੇ ਕਰਕੇ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਜੇ ਉਹ ਇਹ ਫੈਸਲਾ ਲਿਆ ਗਿਆ, ਅਦਰਵਾਇਜ਼ ਇਸ ਫੈਸਲੇ 'ਤੇ ਅਟਲ ਰਹਿਣ ਸਰਕਾਰਾਂ, ਤਦ ਤਾਂ ਇਹ ਫੈਸਲੇ ਦਾ ਅਸੀਂ ਵੀ ਸਵਾਗਤ ਕਰਦੇ ਹਾਂ, ਕਿਉਂਕਿ ਅਸੀਂ ਆਪਣੀ ਉਮਰ ਦੇ ਵਿੱਚ ਦੇਖਦੇ ਆਏ ਕੋਈ ਵੀ ਸਰਕਾਰ ਹੋਈ ਹੈ ਮੌਜੂਦਾ, ਜਿਸ ਟਾਈਮ ਸਰਕਾਰਾਂ ਬਣਨ ਦਾ ਸਮਾਂ ਹੁੰਦਾ ਤਾਂ ਉਹ ਸਿੱਖਾਂ ਨੂੰ ਬੜਾ ਅੱਗੇ ਲੈ ਕੇ ਆਉਂਦੇ ਆ, ਪਰ ਜਦੋਂ ਉਹਨਾਂ ਦਾ ਆਪਣਾ ਕੰਮ ਨਿਕਲ ਜਾਂਦਾ ਤਾਂ ਸਿੱਖਾਂ ਨਾਲ ਕਿਸੇ ਵੀ ਸਰਕਾਰ ਨੇ ਨਿਆਂ ਨਹੀਂ ਕੀਤਾ। ਅਤੇ ਅਸੀਂ ਜੋ ਉਹਨਾਂ ਨੇ ਫੈਸਲਾ ਲਿੱਤਾ ਹੈ, ਚਾਹੇ ਤਾਂ ਕੈਪਟਨ ਸਾਹਿਬ ਨਾਲ ਲਿੱਤਾ ਹੈ, ਮਤਲਬ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਸਵਾਗਤ ਹੈ ਇਸ ਫੈਸਲੇ 'ਤੇ, ਪਰ ਲੇਕਿਨ ਅਸੀਂ ਉਹ ਫੈਸਲੇ 'ਤੇ ਸਵਾਗਤ ਉਸ ਟਾਈਮ ਕਰਾਂਗੇ ਆਪਣੇ ਦਿਲ ਤੋਂ ਜਦੋਂ ਇਹ ਪ੍ਰਤੱਖ ਹੋ ਕੇ ਖੜੇਗਾ। ਇਸ ਕਰਕੇ ਮਤਲਬ ਜਦ ਤੱਕ ਇਹ ਨਹੀਂ ਹੁੰਦਾ ਤਾਂ ਅਸੀਂ ਨਹੀਂ ਸਹਿਮਤ ਹੈਗੇ ਇਸਦੇ ਗੱਲ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਫੈਸਲਾ ਹੈਗਾ ਉਸ ਤੋਂ ਉਦੋਂ ਤੁਸੀਂ ਸਵਾਗਤ ਕਰੋਗੇ ਜਦੋਂ ਅਮਲੀ ਰੂਪ ਦੇ ਵਿੱਚ ਲਾਗੂ ਹੋ ਜਾਵੇਗਾ, ਬੰਦੀ ਸਿੰਘ ਬਾਹਰ ਆ ਜਾਣਗੇ ਉਦੋਂ ਫੈਸਲੇ ਦਾ ਸਵਾਗਤ ਕਰੋਗੇ, ਤਾਂ ਲੱਗਦਾ ਕਿਤੇ ਨਾ ਕਿਤੇ ਇਸ ਮਾਮਲੇ ਦੇ ਪ੍ਰਤੀ ਜਾਂ ਫਿਰ ਕਿਤੇ ਨਾ ਕਿਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ? ਬਿਲਕੁਲ ਜੀ, ਬਿਲਕੁਲ, ਰਾਜਨੀਤੀ ਦਾ ਤਾਂ ਭਾਅ ਜੀ ਹੁਣ ਤੁਹਾਨੂੰ ਪਤਾ, ਅਸੀਂ ਵੀ ਦੇਖਦੇ ਆਉਂਦੇ, ਆਪ ਜੀ ਨੂੰ ਵੀ ਪਤਾ ਹੈ, ਕਿਉਂਕਿ ਜੋ ਸਮਿਆਂ ਸਮਿਆਂ ਅਨੁਸਾਰ ਤੁਸੀਂ ਦੇਖਿਆ ਜਦੋਂ ਵੋਟਾਂ ਦਾ ਮਾਹੌਲ ਸੀ ਤਾਂ ਸਾਡੇ ਕੈਪਟਨ ਸਾਹਿਬ ਨੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਦੀਆਂ ਹਾਮੀਆਂ ਪੂਰੀਆਂ, ਅਤੇ ਅੱਜ ਵੀ ਉਹ ਕੈਪਟਨ ਸਾਹਿਬ ਨੇ ਚਲੋ ਇਹ ਗੱਲ ਕਹੀ ਹੈ, ਪਰ ਲੇਕਿਨ ਉਹ ਜੋ ਸਮੇਂ ਦੇ ਹਿਸਾਬ ਗੱਲ ਉਹਨਾਂ ਦਾ ਕਰਿਆ ਵਾ ਪੂਰਾ ਨਹੀਂ ਪੈਂਦਾ, ਅਤੇ ਅੱਜ ਜੋ ਇਹਨਾਂ ਨੇ ਇਹ ਫੈਸਲਾ ਲਿੱਤਾ ਹੈ, ਸਾਡਾ ਤਾਂ ਖਿਆਲ ਇਹ ਕਹਿ ਰਿਹਾ ਵੀ ਇਹਨਾਂ ਨਾਲ ਆਪਣੇ ਜੋ ਸਮੇਂ ਦੇ ਗੱਲ ਵੋਟਾਂ ਪੈ ਰਹੀਆਂ, ਵੋਟਾਂ ਦੇ ਹਿਸਾਬ ਨੂੰ ਆਪਣਾ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਕਰ ਦਿੱਤਾ। ਜਦੋਂ ਇਹਨਾਂ ਨੇ ਇਹ ਕਰ ਦਿੱਤਾ, ਜਦ ਐਨ ਬਿਲਕੁਲ ਸਾਡੇ ਸਾਹਮਣੇ ਆ ਗਿਆ, ਤਾਂ ਅਸੀਂ ਆਉਣ ਵਾਲੀ ਸਰਕਾਰਾਂ ਦਾ ਵੀ ਜੋ ਵੀ ਇਹ ਮੌਜੂਦਾ ਕਰ ਰਹੇ ਆ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਕਿ ਫੈਸਲੇ ਦਾ ਸਵਾਗਤ ਉਦੋਂ ਕਰਾਂਗੇ ਜਦੋਂ ਬੰਦੀ ਸਿੰਘ ਬਾਹਰ ਆਉਣਗੇ ਜਾਂ ਫਿਰ ਲਗਾਤਾਰ ਪੰਜਾਬ ਦੇ ਵਿੱਚ ਜਿਵੇਂ ਸਿੱਖਾਂ ਪ੍ਰਤੀ ਮਾਹੌਲ ਬਣਿਆ ਹੈ ਉਸ ਨੂੰ ਦਰੁਸਤ ਕਰਨ ਤੋਂ ਬਾਅਦ ਹੀ ਜਿਹੜਾ ਫੈਸਲੇ ਦਾ ਸਵਾਗਤ ਕੀਤਾ ਜਾਵੇਗਾ। ਸੋ ਲੋਕਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ, ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਜਿਵੇਂ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਿੱਖਾਂ ਦੇ ਪ੍ਰਤੀ ਵੱਖੋ ਵੱਖ ਫੈਸਲੇ ਲਏ ਜਾਂਦੇ ਨੇ, ਕਿਤੇ ਨਾ ਕਿਤੇ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ, ਪਰ ਉਹਨਾਂ ਦਾਅਵਿਆਂ ਦੇ ਵਿਚਕਾਰ ਜਿਵੇਂ ਪੰਜਾਬ ਦੇ ਲੋਕ ਕੀ ਸੋਚਦੇ ਨੇ ਇਹਨਾਂ ਫੈਸਲਿਆਂ ਪ੍ਰਤੀ, ਪੰਜਾਬ ਦੇ ਜਾਂ ਫਿਰ ਸਿੱਖਾਂ ਦਾ ਕੀ ਸੋਚਣਾ ਹੈ, ਇਹ ਗੱਲਬਾਤ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਹਾਂ। ਕੁਝ ਹੋਰ ਲੋਕ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੁਪਿੰਦਰ ਸਿੰਘ ਜੀ। ਅੱਛਾ ਸੁਪਿੰਦਰ ਜੀ, ਜਿਵੇਂ ਫੈਸਲਾ ਆਇਆ ਹੈ ਕੇਂਦਰ ਸਰਕਾਰ ਦਾ, ਕਾਲੀ ਸੂਚੀ 'ਚੋਂ ਪਹਿਲਾਂ ਨਾਂ ਕੱਢੇ ਗਏ ਨੇ, ਫਿਰ ਕੁਝ ਸਿੱਖ ਜਿਹੜੇ ਕਾਫੀ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਵੱਖੋ ਵੱਖ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਭੁਗਤ ਰਹੇ ਨੇ ਉਹਨਾਂ ਨੂੰ ਰਿਆਇਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ 550ਵੇਂ ਪ੍ਰਕਾਸ਼ ਪੁਰਬ ਦੇ ਸਮਰਪਿਤ ਹੋ ਕੇ। ਤੁਹਾਨੂੰ ਲੱਗਦਾ ਕਿ ਇਹ ਫੈਸਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਇਸ ਪਿੱਛੇ ਕੋਈ ਰਾਜਨੀਤੀ ਹੈ? ਦੇਖੋ, ਇਹ ਪਿੱਛੇ ਹੈ ਤਾਂ ਸਿਆਸਤ ਹੀ ਹੈ, ਇਹ ਵੋਟਾਂ ਕਰਕੇ ਹੋਇਆ, ਲੇਕਿਨ ਜੋ ਹੋਇਆ ਚੰਗਾ ਹੀ ਹੋਇਆ, ਜੇ ਉਹਨਾਂ ਨੇ ਕੀਤੇ ਨਾ ਇਹ ਚੰਗਾ ਕੀਤਾ, ਇਹੋ ਜਿਹਾ ਸਵਾਗਤ ਕਰਦੇ ਹਾਂ ਗੱਲ ਦਾ। ਬਾਕੀ ਆਮ ਜਿਹੜੀਆਂ ਗੱਲਾਂ ਹੁੰਦੀਆਂ ਉਹ ਵੋਟਾਂ ਕਰਕੇ ਹੁੰਦੀਆਂ, ਕਿਉਂ ਅੱਜ ਕੱਲ੍ਹ ਮਾਹੌਲ ਵੋਟਾਂ ਦਾ ਚੱਲਦਾ, ਇਹ ਸਿਆਸਤ ਚੱਲਦੀ ਹੈ, ਇਹ ਸਿਆਸਤ ਨੂੰ ਰੱਖ ਕੇ ਰੱਖਿਆ ਗਿਆ, ਨਹੀਂ ਹੁਣ ਤਾਂ ਪਹਿਲਾਂ ਕਦੇ ਕਰ ਸਕਦੇ ਤੇ, ਕਈ ਸਾਲ ਪਹਿਲਾਂ ਕਰ ਸਕਦੇ ਤੇ, ਲੇਕਿਨ ਇਹ ਵੋਟਾਂ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਨੇ ਕੀਤਾ,
ਚਲ ਕੀਤਾ ਜੋ ਬਹੁਤ ਚੰਗਾ ਕੀਤਾ। ਅੱਛਾ, ਜਿਵੇਂ ਤੁਸੀਂ ਜ਼ਿੰਦਗੀ ਦੇ ਕਈ ਸਾਲ ਗੁਜ਼ਾਰੇ ਹੈਗੇ ਹੈ, ਕਾਫੀ ਕੁਝ ਦੇਖਿਆ ਹੈ, ਲੰਮੇ ਸਮੇਂ ਤੋਂ ਸਰਕਾਰਾਂ ਬਦਲਦੀਆਂ ਆਉਂਦੀਆਂ ਜਾਂਦੀਆਂ ਦੇਖੀਆਂ ਨੇ, ਤੁਹਾਨੂੰ ਲੱਗਦਾ ਕਿ ਸਮੇਂ ਸਮੇਂ 'ਤੇ ਜਿਵੇਂ ਸਰਕਾਰਾਂ ਬਣਦੀਆਂ ਜਾਂ ਫਿਰ ਡਿੱਗਦੀਆਂ ਰਹੀਆਂ ਨੇ, ਉਸ ਸਮੇਂ ਕਾਫੀ ਲੰਮੇ ਸਮੇਂ ਤੋਂ ਸਿੱਖ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਨੇ ਕਿ ਸਜ਼ਾਵਾਂ ਭੁਗਤ ਰਹੇ ਨੇ, ਫੈਸਲਾ ਸਮੇਂ ਸਿਰ ਕਿਉਂ ਨਹੀਂ ਲਿਆ ਗਿਆ? ਸਵਾਲ ਇਹ ਵੀ ਹੈਗਾ। ਦੇਖੋ, ਉਸ ਟਾਈਮ ਇਹ ਸਿੱਖਾਂ ਨੂੰ ਹੁਣ ਆਪਣੇ ਨਾਲ ਲਾਉਣਾ ਚਾਹੁੰਦੇ ਹੈ ਤਾਂ ਫੈਸਲਾ ਲਿਆ, ਅੱਗੇ ਜਦ ਉਹਨਾਂ ਨੇ ਆਏ ਨਾ ਸਿੱਖਾਂ ਦੇ ਵਿਰੋਧੀ ਤੇ, ਹੁਣ ਚਾਹੁੰਦੇ ਵੀ ਸਿੱਖ ਸਾਡੇ ਨਾਲ ਲੱਗ ਜਾਏ ਅਤੇ ਅਸੀਂ ਸਿੱਖਾਂ ਦੀ ਹਮਾਇਤੀ ਬਣ ਜਾਈਏ, ਇਸ ਕਰਕੇ ਇਹਨਾਂ ਨੇ ਫੈਸਲਾ ਹੁਣ ਤਾਂ ਲਿਆ। ਅੱਛਾ, ਜਿਵੇਂ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਉੱਥੋਂ ਵੀ ਕਿਤੇ ਨਾ ਕਿਤੇ ਭਾਜਪਾ ਚਾਹੁੰਦੀ ਹੋਵੇਗੀ ਕਿ ਅਸੀਂ ਜਿਹੜਾ ਜਾਂ ਫਿਰ ਆਪਣੀ ਸਥਿਤੀ ਮਜ਼ਬੂਤ ਕਰੀਏ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਇਹ ਫੈਸਲਾ ਹੈ? ਦੇਖੋ, ਇਹ 'ਚ ਭਾਵੇਂ ਕੋਈ ਵੀ ਪਾਰਟੀ ਹੋਵੇ, ਇੱਕ ਕੋਈ ਵੀ ਪਾਰਟੀ ਉਹਨੇ ਆਪਣੀ ਸਥਿਤੀ ਨੂੰ ਦੇਖ ਕੇ ਫੈਸਲੇ ਲੈਣੇ ਹੁੰਦੇ, ਇਸ ਕਰਕੇ ਇਹਨਾਂ ਨੇ ਤਾਂ ਹੀ ਹੋਈਦਾ ਤਾਂ ਅਸੀਂ ਅੱਗੇ ਨੂੰ ਮਜ਼ਬੂਤ ਹੋ ਜਾਈਏ। ਅੱਛਾ, ਜਿਵੇਂ ਫੈਸਲੇ ਤੁਸੀਂ ਗੱਲ ਕਰੀਏ ਕਿ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਫੈਸਲਾ ਲਿਆ ਗਿਆ, ਤੁਹਾਨੂੰ ਲੱਗਦਾ ਕਿ ਇਹ ਫੈਸਲੇ ਪੰਜਾਬ ਦੇ ਵਿੱਚ ਜਾਂ ਫਿਰ ਕਿਤੇ ਹੋਰ ਵੀ ਭਾਜਪਾ ਨੂੰ ਮਜ਼ਬੂਤੀ ਦਿਵਾਉਣਗੇ, ਸਿੱਖ ਭਾਜਪਾ ਦੀ ਹਮਾਇਤ ਕਰਨਗੇ ਇਸ ਫੈਸਲੇ ਨੂੰ ਬਾਅਦ? ਕਰਨਗੇ ਜੀ, ਇਸ ਗੱਲ ਨੂੰ ਇਹ ਗੱਲ ਕੋਈ ਸ਼ੰਕਾ ਨਹੀਂ, ਜ਼ਰੂਰ ਕਰਨਗੇ, ਚੰਗੇ ਕੰਮ ਦੀ ਹਮਾਇਤ ਕਰਨਗੇ, ਚੰਗੇ ਫੈਸਲਾ ਹੋਊਗਾ ਅਤੇ ਚੰਗੀ ਉਹਨਾਂ ਦੀ ਮਜ਼ਬੂਤੀ ਹੋਊਗੀ। ਬਿਲਕੁਲ, ਬਤੌਰ ਸਿੱਖ ਹੋਣ ਦੇ ਨਾਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ, ਸਵਾਗਤ ਕਰਦੇ ਹੋ? ਸਵਾਗਤ ਕਰਦੇ ਹਾਂ, ਗੱਲ ਦਾ ਬਹੁਤ ਚੰਗਾ ਕੀਤਾ ਇਹਨਾਂ ਨੇ, ਚਾਹੁੰਦੇ ਹਾਂ ਇਹ ਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਿੱਖਾਂ ਫਿਰ। ਅੱਛਾ, ਜਿਵੇਂ ਕਿਉਂਕਿ ਤੁਸੀਂ ਕਾਫੀ ਉਮਰ ਦਾ ਕਾਫੀ ਲੰਮਾ ਅਰਸਾ ਵੀ ਗੁਜ਼ਾਰਿਆ ਹੈਗਾ, ਤੁਹਾਨੂੰ ਲੱਗਦਾ ਕਿ ਇਸ ਤੋਂ ਪਹਿਲਾਂ ਜਿਵੇਂ ਕਿਉਂਕਿ ਇਹ ਸਿੱਖ ਤਾਂ ਹੈਗੇ ਹੀ ਨੇ, ਇਹਨਾਂ ਨੂੰ ਰਿਆਇਤ ਦੇਣ ਦੀ ਗੱਲ ਤਾਂ ਕੀਤੀ ਹੀ ਗਈ ਹੈ, ਇਸ ਤੋਂ ਇਲਾਵਾ ਵੀ ਕਈ ਸਿੱਖ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਪ੍ਰਤੀ ਵੀ ਕਿਸ ਤਰ੍ਹਾਂ ਦਾ ਫੈਸਲਾ ਜਲਦ ਕਰ ਲੈਣਾ ਚਾਹੀਦਾ? ਇਹਨਾਂ ਨੂੰ ਲੈਣਾ ਚਾਹੀਦਾ ਇਸ ਤਰ੍ਹਾਂ ਹੀ, ਜਿਵੇਂ ਇਹਨਾਂ ਨਾਲ ਤਾਂ ਜਿਹੜੇ ਹੋਰ ਹੈ ਬੰਦੀ ਉਹਨਾਂ ਨੂੰ ਵੀ ਇਹਨਾਂ ਨੂੰ ਲੈਣਾ ਚਾਹੀਦਾ ਫੈਸਲਾ, ਤਾਂ ਜੇ ਸਿੱਖਾਂ ਦੇ ਪ੍ਰਤੀ ਵੀ ਫੈਸਲਾ ਪਊਗਾ ਨਾਲ ਇਹਨਾਂ ਦੀ ਚੜ੍ਹਤ ਹੋਊਗੀ। ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਅੱਛਾ ਕੁਲਵੰਤ ਜੀ, ਜਿਵੇਂ ਫੈਸਲਾ ਲਿਆ ਗਿਆ ਹੈ, ਕਿਵੇਂ ਦੇਖ ਰਹੇ ਹੋ ਫੈਸਲੇ ਨੂੰ, ਫੈਸਲੇ ਦਾ ਸਵਾਗਤ ਕਰਦੇ ਹੋ? ਹਾਂ, ਸਵਾਗਤ ਕਰਦੇ, ਠੀਕ ਹੈ। ਅੱਛਾ, ਜਿਵੇਂ ਕਾਫੀ ਲੰਮੇ ਸਮੇਂ ਤੋਂ ਸਵਾਲ ਵੀ ਉੱਠਦੇ ਰਹੇ ਨੇ ਕਿ ਫੈਸਲਾ ਹੈ ਜਿਹੜਾ ਉਹ ਜਲਦ ਲੈ ਲੈਣਾ ਚਾਹੀਦਾ ਸੀਗਾ ਜਾਂ ਫੈਸਲੇ ਪ੍ਰਤੀ ਕੁਝ ਹੋਰ ਵਿਚਾਰ ਕਰਨਾ ਚਾਹੀਦਾ ਸੀਗਾ, ਤੁਹਾਨੂੰ ਲੱਗਦਾ ਕਿ ਜਿਹੜੇ ਹੋਰ ਸਿੱਖ ਅਜੇ ਵੀ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਭੁਗਤ ਰਹੇ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਵੀ ਰਿਹਾਈ ਦੇਣੀ ਚਾਹੀਦੀ? ਹਾਂ ਜੀ, ਹਾਂ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਨਾ, ਬਹੁਤ ਦੇਰ ਹੋ ਗਏ, ਉਹ ਤਾਂ ਵਿਚਾਰੇ ਬਜ਼ੁਰਗ ਹੋ ਗਏ, ਹੁਣ ਉਹਨਾਂ ਨੂੰ ਛੱਡਣਾ ਚਾਹੀਦਾ ਨਾ, ਹੁਣ 50-50 ਸਾਲ ਹੋ ਗਏ, 30-30 ਸਾਲ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ, ਉਹਨਾਂ ਨੂੰ ਛੱਡਣਾ ਚਾਹੀਦਾ ਹੁਣ, ਇਹ ਸਹੀ ਹੈ ਗੱਲ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ, ਚਾਹੇ ਹਰਿਆਣਾ ਦੀਆਂ ਚੋਣਾਂ ਹੋਣ ਚਾਹੇ ਪੰਜਾਬ ਦੇ ਵਿੱਚ ਗੱਲ ਹੋਵੇ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜੋ ਫੈਸਲਾ ਭਾਜਪਾ ਦੀ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ, ਉਹ ਕਿਤੇ ਨਾ ਕਿਤੇ ਆਪਣੀ ਸਥਿਤੀ ਜਾਂ ਸਿੱਖ ਵੋਟ ਬੈਂਕ ਇਕੱਠਾ ਕਰਨ ਦੀ ਕੋਸ਼ਿਸ਼ ਹੈ? ਨਹੀਂ, ਉਹ ਤਾਂ ਸਾਨੂੰ ਇੰਨਾ ਕਰ ਸਕਦੇ ਅਸੀਂ ਵੀ, ਠੀਕ ਹੈ ਜੋ ਫੈਸਲਾ ਲਿਆ ਇਹ ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਲੋਕਾਂ ਨੇ ਕਿਤੇ ਨਾ ਕਿਤੇ ਇਸ ਫੈਸਲੇ ਨੂੰ ਲੈ ਕੇ ਸਵਾਗਤ ਵੀ ਕੀਤਾ ਹੈ ਅਤੇ ਨਾਲ ਦੀ ਨਾਲ ਸਰਕਾਰ ਦੇ ਉੱਤੇ ਸਵਾਲ ਵੀ ਕੀਤਾ ਹੈ ਕਿ ਸਿੱਖ ਵੋਟ ਬੈਂਕ ਇਕੱਠਾ ਕਰਨ ਦੇ ਲਈ ਸਿਆਸਤ ਖੇਡੀ ਜਾ ਰਹੀ ਹੈ ਅਤੇ ਫੈਸਲੇ ਦਾ ਉਦੋਂ ਸਵਾਗਤ ਕਰਨ ਦਾ ਵੀ ਦਾਅਵਾ ਕੀਤਾ ਹੈ ਜਦੋਂ ਉਹ ਸਿੱਖ ਬਾਹਰ ਆ ਜਾਣਗੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਸੋ ਕੁਝ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਅਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਜਿਵੇਂ ਕੇਂਦਰ ਸਰਕਾਰ ਦੇ ਵੱਲੋਂ ਸਿੱਖਾਂ ਪ੍ਰਤੀ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਅਤੇ ਵੱਖੋ ਵੱਖ ਫੈਸਲੇ ਵੀ ਲਏ ਜਾ ਰਹੇ ਨੇ, ਚਾਹੇ ਕਾਲੀ ਸੂਚੀ ਦੇ ਵਿੱਚੋਂ ਨਾਮ ਕੱਢਣਾ ਹੋਵੇ, ਚਾਹੇ ਉਹ ਸਿੱਖ ਹੋਣ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਹਾਲਾਂਕਿ ਫੈਸਲਾ ਦੱਸਿਆ ਜਾ ਰਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਫੈਸਲੇ ਲਏ ਜਾ ਰਹੇ ਨੇ, ਪਰ ਇਹਨਾਂ ਫੈਸਲਿਆਂ ਦਾ ਸਿੱਖਾਂ ਦੇ ਪ੍ਰਤੀ ਜਾਂ ਫਿਰ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਜਾਂ ਫਿਰ ਪੰਜਾਬ ਦੇ ਲੋਕ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਨੇ, ਸਵਾਗਤ ਕਰ ਰਹੇ ਨੇ ਜਾਂ ਫਿਰ ਇਸ ਦੇ ਵਿੱਚ ਛੁਪੀ ਹੋਈ ਰਾਜਨੀਤੀ ਨੂੰ ਜਗ ਜ਼ਾਹਰ ਕਰਨ ਦੀ ਗੱਲ ਕਰ ਰਹੇ ਨੇ। ਕੁਝ ਹੋਰ ਲੋਕ ਵੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਪਰਮਿੰਦਰ ਸਿੰਘ। ਅੱਛਾ ਪਰਮਿੰਦਰ ਜੀ, ਜਿਵੇਂ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ, ਬਤੌਰ ਸਿੱਖ ਹੋਣ ਦੇ ਨਾਤੇ ਫੈਸਲੇ ਦਾ ਸਵਾਗਤ ਕਰਦੇ ਹੋ ਜਾਂ ਫਿਰ ਕੀ ਰੁਝਾਨ ਹੈਗਾ ਤੁਹਾਡਾ? ਅਸੀਂ ਸਵਾਗਤ ਕਰਦੇ ਹਾਂ ਜੀ, ਬਤੌਰ ਸਿੱਖ ਹੋਣ ਦੇ ਨਾਤੇ ਅਸੀਂ ਭਾਜਪਾ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਜੀ, ਠੀਕ ਹੈ ਜੀ, ਪਰ ਇਹ ਅਟਲ ਰਹਿਣ ਜੀ, ਸਾਨੂੰ ਮਤਲਬ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਬਹੁਤ ਦਿਲੋਂ ਸਵਾਗਤ ਕਰਦੇ ਹਾਂ, ਪਰ ਇਹ ਫੈਸਲਾ ਹੀ ਨਾ ਰਹੇ, ਠੀਕ ਹੈ, ਅੱਗੇ ਨੂੰ ਮਤਲਬ ਮੁਕੰਮਲ ਤੌਰ 'ਤੇ ਰਿਹਾਈ ਚਾਹੁੰਦੇ ਹਾਂ ਜੀ ਅਸੀਂ।
अच्छा की लग रहा है कि इहदे पिछे कोई राजनीति छुपी हुई है जां फिर कितना कितने पंजाब दे विच जां फिर राजनीतिक तौर दे उत्ते अपनियां जिहड़ियां सीटां है जां फिर सिख वोट बैंक जिहड़ा मजबूत करन दी कोशिश है तुहानूं लगदा है कि कितना कितने भाजपा दी? देखो जी ये तो हुण उहनां नूं पता है पर देखो लगता है भी उहनां दी राजनीति है ठीक है जी मोदी तो अमित शाह जी की यह राजनीति भी हो सकती है पंजाब वड़न की कोशिश हो सकता अकाली दल साइड ते करके ठीक है एक वक्री पार्टी मतलब भाजपा के मुढ़ तो पैर जमाना चाहते हो पंजाब दे विच क्योंकि पंजाब सूबे की स्टेट नूं बहुत जरूरत है ठीक है ना जी ये हो सकता है भी अपनी वक्री तौर पर एक राजनीति लियाण के कारण अकाली दल साइड ते करन दे बावजूद मतलब अपने पैर जमाना चाहते हो ये भी हो सकता जी बाकी दिल की कह। अच्छा जिमें फैसला लिया गया है कि रिहाई की जाएगी जां फिर काली सूची दे विचों ना कढ़न की गल की जाएगी तो लगता कि वह सिख जिहड़े काफ़ी लंबे समय तो विदेशों के फसे हुए ने जां फिर विदेशों के रुके हुए ने क्योंकि इत्थों उन्हां नूं आउणा जाणा जिहड़ा बैन कर दिता सी ते हुण लगता कि कितना कितने उन्हां दी जिहड़ी आउण जाण दी जिहड़ी दिक्कत सी हुण पंजाब दे विच जां फिर कह लईए कि 555वें प्रकाश पुरब के मौके हुण भारत आ सकते ने। देखो जी वो जेकर यह हो जाए तो बहुत वधिया गल है जी क्योंकि 20-25 साल तो अपने परिवार तो वक्ख हो के बैठे ने जी विदेशों के ते जिहड़े काली सूची च नाम पे है जी जेकर यह भी निकल जाए तो चंगा पर यह फैसला होवे जी कि कागजा के ना रह जाए बस सानू यह चीज़ है जे वाकई मतलब सरकार इस फैसले नू पूर्ण तौर पर लागू करेगी तो असीं जी सरकार का मतलब दिलों स्वागत करांगे ठीक है जी दिलों स्वागत करांगे जी सरकार का। अच्छा जिवें सवाल ये भी उठते रहे ने कि सिर्फ तो सिर्फ क्योंकि पिछले काफ़ी लंबे समय तो ये मामले लटके हुए ने कांग्रेस की सरकार भी रही है केंद्र सरकार भी रही है कांग्रेस के उत्ते भी सिख विरोधी नीतियां लागू करने के इल्जाम लगते रहे ने तो लगता कि दोवां पार्टियां दे विचों काफ़ी लंबे समय तो जिहड़ा भाजपा के वलों फैसला लिया गया लोग भाजपा नूं हमायत देणगे पंजाब दे। देखो जी जेकर यह मैं थोनों पहला भी कहा जी जेकर मुकम्मल तौर पर यह फैसला आता तो असी सारे पंजाबी जिन्हें भी है बाकी भाजपा हमायत देवे जी ठीक है जी असी बाकी हमायत देवे सानू अकाली कांग्रेस का कोई चक्कर नहीं है जी जे अलग तौर पर पैर भी जमाना चाहते असी इनका साथ देवे पर जे ये सिखा प्रति मतलब प्यार भावना न रहे जी जे करे फैसले सारे लागू करके ना जी सारे मतलब काली सूची चो जिहड़े सिख उन्होंने मतलब रिहा करके जे अपने घरे परतते है तो जो बेचारे साढ़े सिख 25-30 साल तो कैद दे विच है जी जे वो बाकी रहा होंगे तो असी भाजपा का स्वागत करांगे असी चाहो वक्त तो भी पार्टी बनाना चाहते असी तां भी उनका स्वागत करांगे। बहुत बहुत धन्यवाद साथ नाल गलबात करन दे लई। सत श्री अकाल जी। की नाम है तुहाडा? नजर सिंह है। अच्छा जिमें नजर सिंह जी सवाल यह हैगा कि 555वें प्रकाश पुरब नूं लैके फैसले किए जा रहे ने अगों भी कोई होर फैसले आने की उम्मीद हैगी है भाजपा के कोलों? उम्मीद तो है जी अभी तो है इस फैसले का अभी स्वागत करते हैं जी बहुत वधिया गल है जी मोदी सरकार जो भी आ फैसला किसी वोट बैंक बन के ना रह जाए भी ठीक है ना जिदा हम ये कर रहे हैं बाकी जिदा इन्होंने कहता सेम है जी एक बार कर रही है तो लगता है कितना कितने वोट बैंक या फिर सिखां दी वोटां इकट्ठिया करन दे लई ये फैसला लिया गया? हाँ ये भी है जी तो हम सू तो लगता भी पूरे रिहा होंगे जो अपने घर आ जाऊंगे ठीक है ना वह अभी स्वागत करते हैं वह पिछले सू वोट बैंक की शक पैंती है होर इन्ना ज्यादा अभी नहीं कह सकते। जिमें इस तो पहला भी कितना कितने स्थिति में लैके भाजपा क्योंकि भाजपा ज जदों भी सिख वोट बैंक की गल करती है तो उदो कोई ना कोई मौजूदा सियासी सिख धिर उन्होंने नाल होंगी है सियासत के कितना कि तुम लगता कि इकलिया चोण लड़न के एजेंडे के तहत इस तरह के फैसले ले गए? हाँ ये कल्ले चोण लड़ने का भी चांस बन रहा जी मतलब कि हम पिछले 4 सीटा ले गए बीजेपी वाले इस बार मैं ऐ लगता भी इन्हें कल्ले लड़ने का चांस है भी अकालिया का ठुड मार के बाहर क्डो असं कल लड़ लूंगे आ भी चांस बनता जी इन्हों का। अच्छा फिर जे फैसला लिया गया फैसले को लागू कर दिया जाता है तो तुम लगता कि कितना कि अकाली दल के जोड़े पैर जमे हुए ने पिछले काफ़ी लंबे समय तो वह उखड़ जाएंगे वो पैर जोड़े जिते अकाली अकालिया ने जमाए हुए थे उत्थे भाजपा राज करेगी? भाजपा राज करूगी अकाली कांग्रेस ने इकट्ठे हो जाना पंजाब में बाकी ए इन्नी लंबी आस नहीं हैगी पंजाब दे विच बीजेपी की ठीक है जी बाकी तो है तो हम सारा कुछ वोट बैंक है जी होर तो कुछ नहीं मैं तो लगता नहीं कुछ। अच्छा तुम लगता कि केंद्र सरकार
ਜਾਂ ਫਿਰ ਕਹਿ ਲਈਏ ਕਿ ਭਾਜਪਾ ਸਿੱਖ ਹਿਤੈਸ਼ੀ ਹੈਗੀ ਹੈ? ਹੈਗੀ ਤਾਂ ਹੈ, ਇਹਦੇ ਕਰਕੇ ਤਾਂ ਹੈਗੀ ਹੈ ਜਿਹੜਾ ਹੁਣ ਛੱਡ ਛਡਾਈ ਵਾਲੀ ਗੱਲ। ਸਮੁੱਚੇ ਘਟਨਾਕ੍ਰਮ ਪੂਰੇ ਵਿਸ਼ਵ ਦੇ ਸਿੱਖਾਂ ਦੇ ਲਈ ਜਾਂ ਫਿਰ ਪੰਜਾਬ ਦੇ ਜਾਂ ਫਿਰ ਪੂਰੇ ਭਾਰਤ ਦੇ ਸਿੱਖਾਂ ਦੇ ਲਈ ਕਦਮ ਚੁੱਕੇ ਜਾ ਰਹੇ ਨੇ, ਹਾਲਾਂਕਿ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਹੁੰਦੀ ਹੈ, ਉਦੋਂ ਵੀ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਰਾਬਤਾ ਕਾਇਮ ਕਰਕੇ ਉਹਨਾਂ ਦੀ ਕਿਤੇ ਨਾ ਕਿਤੇ ਮਦਦ ਕੀਤੀ ਜਾਵੇ। ਪੂਰੇ ਇੱਕ ਸਿੱਖਾਂ ਦੇ ਤੌਰ 'ਤੇ ਸਵਾਲ ਹੈ ਕਿ ਭਾਜਪਾ ਸਿੱਖ ਹਿਤੈਸ਼ੀ ਹੈ? ਸਿੱਖ ਹਿਤੈਸ਼ੀ ਤਾਂ ਹੈ ਜੀ, ਜਾਣੀ ਕਿ ਜਿੱਦਾਂ ਹੁਣ ਇਹ ਕਰ ਰਹੇ ਨਾ, ਇਹਦੇ ਮਤਲਬ ਸਿੱਖ ਹਿਤੈਸ਼ੀ ਹੈ। ਜਾਣੀ ਜਿਹੜਾ ਹੁਣ ਇਹਨਾਂ ਦਾ ਹੋਰ ਮੁੱਦਾ ਵਿੱਚ ਵੋਟ ਵਾਲਾ ਬੈਂਕ ਵਾਲਾ ਫੇਰ ਉਹੀ ਆ ਜਾਂਦਾ, ਠੀਕ ਹੈ ਜੀ, ਉਹਦੇ ਮਤਲਬ ਮੈਨੂੰ ਲੱਗਦਾ ਨਹੀਂ ਆ ਚੀਜ਼ ਹੈ। ਬਾਕੀ ਜੀ ਬਹੁਤ ਬਹੁਤ ਧੰਨਵਾਦ ਜੀ, ਹੋਰ ਤਾਂ ਜ਼ਿਆਦਾ ਇੰਨਾ ਲੰਬਾ ਨਹੀਂ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਜਸਵੰਤ ਸਿੰਘ। ਅੱਛਾ ਜਸਵੰਤ ਜੀ, ਜਿਵੇਂ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਦੇ ਵੱਲੋਂ, ਕਿਵੇਂ ਦਾ ਫੈਸਲਾ ਹੈ, ਸਵਾਗਤ ਕਰਦੇ ਹੋ ਜਾਂ ਫਿਰ ਕਿਸ ਤਰ੍ਹਾਂ ਸੋਚਦੇ ਹੋ ਜਾਂ ਫਿਰ ਰਾਜਨੀਤੀ ਦੀ ਗੱਲ ਕਰ ਰਹੇ ਹੋ? ਰਾਜਨੀਤੀ ਹੈ ਜੀ, ਇਹ ਤਾਂ ਮੋਦੀ ਦੀ ਸਰਾਸਰ ਰਾਜਨੀਤੀ ਹੈ ਜੀ। ਇਹ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਸਰਕਾਰ ਇਸ ਟਾਈਮ ਮੌਜੂਦਾ ਸਰਕਾਰ ਹੈ, ਇਹਨੂੰ ਸਿਰਫ ਦੱਬਣ ਦੇ ਵਿੱਚ ਮੋਦੀ ਸਰਕਾਰ ਇਹ ਫੈਸਲਾ ਲੈ ਰਹੀ ਹੈ। ਤੁਹਾਨੂੰ ਲੱਗ ਰਿਹਾ ਕਿ ਇਹ ਇਸ ਫੈਸਲੇ ਦੇ ਨਾਲ ਜਿਹੜੇ ਸਿੱਖ ਜਾਂ ਫਿਰ ਜੋ ਵੋਟ ਬੈਂਕ ਕਾਂਗਰਸ ਦਾ ਹੈਗਾ ਉਹ ਖਿੱਚਣ ਦੀ ਕੋਸ਼ਿਸ਼ ਹੈ ਭਾਜਪਾ ਦੀ? ਉਹ ਖਿੱਚਣ ਦੀ ਕੋਸ਼ਿਸ਼ ਹੈ ਭਾਜਪਾ ਦੀ ਇਸ ਟਾਈਮ ਮੋਦੀ ਦੀ ਜਿਹੜੀ ਸਰਕਾਰ ਹੈ ਨਾ ਜੀ, ਉਹ ਵੋਟ ਬੈਂਕ ਖਿੱਚਣ ਦੀ ਉਹਦੇ 'ਚ ਫਰਕ 'ਚ ਹੈ। ਅੱਛਾ, ਇਸ ਤੋਂ ਪਹਿਲਾਂ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਸਿੱਖ ਸੰਘਰਸ਼ ਵੀ ਕਰਦੇ ਰਹੇ ਨੇ, ਸ਼੍ਰੋਮਣੀ ਕਮੇਟੀ ਨੇ ਵੀ ਸੰਘਰਸ਼ ਕੀਤਾ, ਅਪੀਲਾਂ ਕੀਤੀਆਂ, ਤਾਂ ਲੱਗਦਾ ਕਿ ਉਦੋਂ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਹੁਣ ਅੰਤ ਨੂੰ ਜਾ ਕੇ ਫੈਸਲਾ ਲਿਆ ਗਿਆ, ਇਹਦੇ ਪਿੱਛੇ ਕੀ ਕਾਰਨ ਮੰਨਦੇ? ਮੋਦੀ ਸਰਕਾਰ ਹੈ ਜਿਹੜੀ ਸਿੱਖਾਂ ਨਾਲ ਹਮੇਸ਼ਾ ਧੱਕਾ ਕਰਦੀ ਆਈ ਹੈ, ਇਹ ਧੱਕਾ ਕਰਦੀ ਰਹੇਗੀ। ਇਹ ਜਿਹੜਾ ਰਿਹਾ ਕਰਨ ਦਾ ਉਹਨਾਂ ਦਾ ਉਹ ਹੈ ਜੀ, ਕਰ ਰਹੇ ਹੈ ਜੀ, ਇਹ ਕਾਂਗਰਸ ਨੂੰ ਦੱਬਣ ਵਾਸਤੇ ਕਰ ਰਹੇ। ਜਿਹੜੀ ਪੰਜਾਬ 'ਚ ਇਸ ਮੌਜੂਦਾ ਸਰਕਾਰ ਕੈਪਟਨ ਦੀ ਸਰਕਾਰ ਚੱਲ ਰਹੀ ਹੈ, ਇਹਨੂੰ ਦੱਬਣ ਪਿੱਛੇ ਹੀ ਇਹ ਚੱਲ ਰਿਹਾ ਜੀ, ਇਹ ਵੋਟ ਬੈਂਕ ਹੈ ਜੀ, ਹੋਰ ਕੁਛ ਨਹੀਂ ਹੈ। ਅੱਛਾ, ਕੀ ਮੰਗ ਕਰਦੇ ਹੋ ਕਿ ਜਿਵੇਂ ਇਸ ਤੋਂ ਪਹਿਲਾਂ ਵੀ ਕਾਫੀ ਲੰਮੇ ਤੌਰ ਸਮੇਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੰਦ ਨੇ, ਕੁਝ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ, ਕੁਝ ਅਜੇ ਵੀ ਬੰਦ ਹੈਗੇ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਹੈ? ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਨੂੰ ਤਾਂ ਰਿਹਾ ਕਰਨਾ ਹੀ ਚਾਹੀਦਾ, ਕਿਸੇ ਦੀ ਵੀ ਸਰਕਾਰ ਅਧਿਕਾਰ ਬਣਦਾ, ਉਹਦਾ ਅਧਿਕਾਰ ਬਣਦਾ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਬੀਜੇਪੀ ਦੀ ਸਰਕਾਰ ਹੋਵੇ, ਉਹਦਾ ਹੱਕ ਹੈ ਜੀ, ਜਿਹਦੀ ਆਪਣਾ ਪੂਰੀ ਹੋ ਗਈ ਸਜ਼ਾ ਉਹਨੂੰ ਰਿਹਾ ਹੋਣਾ ਚਾਹੀਦਾ ਇਹ ਜੀ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਭਾਜਪਾ ਦੇ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਜਾਂ ਫਿਰ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ ਉਹਨਾਂ ਦਾ ਸਵਾਗਤ ਤਾਂ ਕਰਦੇ ਹਾਂ, ਪਰ ਨਾਲ ਦੀ ਨਾਲ ਸਵਾਲ ਇਹ ਚੁੱਕੇ ਗਏ ਨੇ ਕਿ ਕਿਤੇ ਨਾ ਕਿਤੇ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਲਈ ਇਸ ਤਰ੍ਹਾਂ ਦੇ ਫੈਸਲੇ ਲਏ ਗਏ ਨੇ। ਸਿੱਖ ਹਿਤੈਸ਼ੀ ਹੋਣ ਦਾ ਜਿਸ ਤਰ੍ਹਾਂ ਦਾ ਦਾਅਵਾ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ, ਪੰਜਾਬ ਦੇ ਲੋਕਾਂ ਨੇ ਉਸ ਦਾਅਵੇ ਨੂੰ ਨਕਾਰਿਆ ਹੈ ਅਤੇ ਕਿਤੇ ਨਾ ਕਿਤੇ ਇਸ ਰਿਹਾਈ ਦੇ ਪ੍ਰਤੀ ਜਾਂ ਫਿਰ ਸਿੱਖ ਹਿਤੈਸ਼ੀ ਹੋਣ ਦੇ ਪ੍ਰਤੀ ਕੀਤੇ ਜਾ ਰਹੇ ਫੈਸਲਿਆਂ ਨੂੰ ਲੋਕਾਂ ਨੇ ਸਵਾਗਤ ਤਾਂ ਕੀਤਾ, ਪਰ ਸਵਾਗਤ ਉਦੋਂ ਕਰਨ ਦਾ ਜਿਹੜਾ ਮਨ ਬਣਾਇਆ ਕਿ ਜਦੋਂ ਇਹ ਸਾਰੇ ਸਿੱਖ ਜੇਲ੍ਹਾਂ ਤੋਂ ਰਿਹਾਅ ਹੋ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਣਗੇ। ਹਰ ਇੱਕ ਸਿੱਖ ਦੀ ਸੁਰੱਖਿਆ ਦੇ ਸਵਾਲ ਵੀ ਜਿਹੜੇ ਇਹਨਾਂ ਲੋਕਾਂ ਦੇ ਵੱਲੋਂ ਚੁੱਕੇ ਗਏ ਨੇ। ਸੋ ਹਰ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।